ਸ਼ਸ਼ੀ ਕਾਲ ਜੀ ਤੁਹਾਡਾ ਸਵਾਗਤ ਹੈ ਜੀ ਚੈਨਲ ਜੁਗਲੂ এডੂਕੇਸ਼ਨ ਵਿੱਚ ਅੱਜ ਦਾ ਜਿਹੜਾ ਆਪਣਾ ਟੌਪਿਕ ਹੈ ਉਹ ਵੀ ਇੱਕ ਬੜਾ ਇੰਪੋਰਟੈਂਟ ਟੌਪਿਕ ਹੈ ਇੱਕ ਆਪਾਂ ਬੜੀ ਇੰਪੋਰਟੈਂਟ ਵਿਸ਼ੇ ਤੇ ਗੱਲ ਕਰਾਂਗੇ ਉਹ ਹੈ ਕਿ ਅੰਗਰੇਜ਼ੀ ਕਈ ਵਾਰੀ ਹੁਣ ਅਸੀਂ ਕਹਿ ਦਿੰਨੇ ਆ ਵੀ ਅਸੀਂ ਅੰਗਰੇਜ਼ੀ ਲਿਖਤਾ ਲੈਨੇ ਆ ਪਰ ਸਾਨੂੰ ਬੋਲਣੀ ਔਖੀ ਲੱਗਦੀ ਆ ਸਾਨੂੰ ਬੋਲਣੀ ਮੁਸ਼ਕਿਲ ਹੋ ਜਾਂਦੀ ਆ ਹੁਣ ਇਹਦੇ ਰਿਲੇਟਡ ਇੱਕ ਸਾਡੇ ਦਿਮਾਗ 'ਚ ਉਲਝਣਾ ਜਿਹੜੀ ਕਿ ਸਾਨੂੰ ਲੱਗਦਾ ਵੀ ਸਾਡੀ ਅੰਗਰੇਜ਼ੀ ਬੋਲਣ ਦੇ ਵਿੱਚ ਰੁਕਾਵਟ ਪਾਉਂਦੀ ਆ ਸਾਨੂੰ ਲੱਗਦਾ ਵੀ ਜੇ ਅਸੀਂ ਅੰਗਰੇਜ਼ੀ 'ਚ ਸੋਚੀਏ ਤਾਂ ਹੀ ਅਸੀਂ ਅੰਗਰੇਜ਼ੀ 'ਚ ਬੋਲ ਸਕਦੇ ਆ ਵੀ ਜਦੋਂ ਅਸੀਂ ਅੰਗਰੇਜ਼ੀ ਬੋਲਣੀ ਆ ਤਾਂ ਉਸ ਤੋਂ ਪਹਿਲਾਂ ਅਸੀਂ ਉਹ ਚੀਜ਼ ਅੰਗਰੇਜ਼ੀ ਚ ਸੋਚਣੀ ਆ ਫੇਰ ਹੀ ਅਸੀਂ ਉਹ ਚੀਜ਼ ਬੋਲ ਸਕਾਂਗੇ ਇਹ ਸਾਡੇ ਦਿਮਾਗ ਦਾ ਇੱਕ ਵਹਿਮ ਆ ਅਜਿਹਾ ਕੁਝ ਵੀ ਨਹੀਂ ਹੁੰਦਾ ਜੇ ਤੁਸੀਂ ਇਹ ਸੋਚਦੇ ਹੋ ਤਾਂ ਇਹਨੂੰ ਆਪਦੇ ਦਿਮਾਗ ਚੋਂ ਕੱਢ ਦਿਓ ਅਜਿਹਾ ਕੁਝ ਨਹੀਂ ਆ ਬਿਨਾ ਗੱਲ ਤੋਂ ਦਿਮਾਗ ਚ ਆਪਾਂ ਆਪਦੇ ਵਹਿਮ ਨਹੀਂ ਪਾਲਣੇ ਇਹਦੀ ਹੁਣ ਸਾਡੀ ਨਿੱਜੀ ਜ਼ਿੰਦਗੀ ਚ ਕੀ ਹੁੰਦਾ ਕਈ ਵਾਰੀ ਅਜਿਹੇ ਕੋਈ ਨਵੇਂ ਸ਼ਬਦ ਆਉਂਦੇ ਆ ਜਿਹੜੇ ਸਾਡੀ ਜ਼ੁਬਾਨ ਤੇ ਚੜ ਜਾਂਦੇ ਆ ਤੇ ਅਸੀਂ ਉਹਨਾਂ ਨੂੰ ਸਾਨੂੰ ਪਤਾ ਹੀ ਨਹੀਂ ਲੱਗਦਾ ਵੀ ਕਦੋਂ ਵਰਤਤਾ ਕਈ ਬੰਦੇ ਹੁੰਦੇ ਨੇ ਵੀ ਉਹਨਾਂ ਨੂੰ ਬਿਨਾਂ ਗੱਲ ਤੋਂ ਹੀ ਗਾਲ ਕੱਢਣ ਦੀ ਆਤ ਹੁੰਦੀ ਆ ਉਹ ਗਾਲ ਕੱਢ ਦਿੰਦੇ ਨੇ ਕਈ ਬੰਦੇ ਹੁੰਦੇ ਨੇ ਜਿਵੇਂ ਕਈ ਸ਼ਬਦ ਚੱਲੇ ਹੁੰਦੇ ਨੇ ਕਈ ਵਾਰੀ ਆਪਾਂ ਕਹਿ ਦਿੰਦੇ ਆ ਬਾਬੇ ਤੂੰ ਕੀ ਕਰਦਾ ਸੀ ਉਹ ਬਾਬੇ ਉਰੇ ਆਈ ਬਾਬੇ ਸ਼ਬਦ ਬੜਾ ਚੱਲਿਆ ਸੀ ਇੱਕ ਸ਼ਬਦ ਹੋਰ ਆ ਉਸਤਾਦ ਉਸਤਾਦ ਆ ਕੰਮ ਕਰੀ ਉਸਤਾਦ ਜਰੇ ਆਂ ਆਪਾਂ ਇਹ ਜਰਨਲ ਹੀ ਵਰਤਦੇ ਰਹਿਣੇ ਆ ਇਹ ਵਰਤਣ ਤੋਂ ਪਹਿਲਾਂ ਆਪਣਾ ਦਿਮਾਗ ਸੋਚਦਾ ਨਹੀਂ ਹੁੰਦਾ ਪ੍ਰੋਸੈਸਿੰਗ ਆਪਣੇ ਦਿਮਾਗ 'ਚ ਆਟੋਮੈਟਿਕ ਹੀ ਹੁੰਦੀ ਆ ਆਪਾਂ ਇਹ ਸ਼ਬਦ ਵਰਤ ਦਿੰਨੇ ਆ ਠੀਕ ਹੈ ਜੀ ਹੋਰ ਵੀ ਬੜੇ ਅਜਿਹੇ ਸ਼ਬਦ ਹੁੰਦੇ ਨੇ ਜਿਹੜੇ ਕੋਈ ਆਪਾਂ ਨਵਾਂ ਸ਼ਬਦ ਸਿੱਖਦੇ ਆ ਉਹਨੂੰ ਆਪਾਂ ਵਾਰ-ਵਾਰ ਜਦੋਂ ਵਰਤਣ ਲੱਗ ਜਾਂਦੇ ਆ ਤਾਂ ਉਹ ਸਾਡੇ ਮੂੰਹ ਤੇ ਚੜ ਜਾਂਦਾ ਫਿਰ ਸਾਨੂੰ ਪਤਾ ਨਹੀਂ ਲੱਗਦਾ ਵੀ ਆਪਾਂ ਉਹ ਸ਼ਬਦ ਕਿਹਦੇ ਲਈ ਵਰਤਦਾ ਬਾਈ ਬਣ ਕੇ ਆਹ ਕੰਮ ਕਰਦੇ ਬਾਈ ਕਈ ਵਾਰੀ ਕਿਸੇ ਦੇ ਮੂੰਹ ਤੇ ਚੜਿਆ ਹੁੰਦਾ ਬਾਈ ਬਣ ਕੇ ਵੀ ਬਾਈ ਬਣ ਕੇ ਆਹ ਕੰਮ ਕਰਦੇ ਵੀਰ ਬਣ ਕੇ ਆਹ ਕਰਦੇ ਯਾਰ ਓਕੇ ਕਈ ਵਾਰੀ ਕੋਈ ਗਾਣਾ ਸਾਨੂੰ ਇੰਨਾ ਪਸੰਦ ਆ ਜਾਂਦਾ ਵੀ ਅਸੀਂ ਉਹਨੂੰ ਵਾਰ-ਵਾਰ ਸੁਣਦੇ ਆ ਉਸ ਤੋਂ ਬਾਅਦ ਉਹ ਸਾਡੀ ਜ਼ੁਬਾਨ ਤੇ ਚੜ ਜਾਂਦਾ ਅਸੀਂ ਉਹਨੂੰ ਆਪ ਵੀ ਬੋਲਦੇ ਰਹਿਣੇ ਆ ਉਹ ਸਾਨੂੰ ਪਤਾ ਨਹੀਂ ਲੱਗਦਾ ਸਾਡੇ ਮੂੰਹ ਚੋਂ ਕਦੋਂ ਨਿਕਲ ਜਾਂਦਾ ਬੈਠੇ ਬੈਠੇ ਆਪਣੇ ਆਪ ਉਹਦੀ ਪ੍ਰੋਸੈਸਿੰਗ ਹੋ ਜਾਂਦੀ ਅਸੀਂ ਉਹਨੂੰ ਗਾ ਦਿੰਨੇ ਆ ਉਹ ਕੋਈ ਉਹ ਕੋਈ ਆਪਾਂ ਸੋਚ ਕੇ ਨਹੀਂ ਬੋਲ ਰਹੇ ਹੁੰਦੇ ਵੀ ਨੇ ਤੇ ਉਹਦ ਇਹ ਆਊਗਾ ਆਪਾਂ ਜਦ ਇੱਕ ਲਾਈਨ ਬੋਲਣ ਲੱਗਦੇ ਆ ਆਟੋਮੈਟਿਕਲੀ ਸਾਡੇ ਅਗਲੀ ਲਾਈਨ ਯਾਦ ਆਈ ਜਾਂਦੀ ਆ ਉਹ ਸਾਡੇ ਮੂੰਹ ਤੇ ਸਾਡੀ ਜ਼ੁਬਾਨ ਤੇ ਚੜੇ ਹੋਏ ਨੇ ਅੱਜ ਤੋਂ 10 15 20 ਸਾਲ ਪੁਰਾਣੇ ਵੀ ਕਈ ਗਾਣੇ ਇਹ ਜਿਹੇ ਨੇ ਤੁਸੀਂ ਬੋਲ ਦਿੰਨੇ ਹੋ ਬਿਨਾ ਅਟਕੇ ਪਰ ਕਈ ਗਾਣੇ ਇਹ ਜਿਹੇ ਨੇ ਜਿੰਨਾਂ ਦਾ ਸਾਨੂੰ ਇੱਕ ਅਦਾ ਲਾਈਨ ਜਾਂ ਇੱਕ ਅਦਾ ਸ਼ਬਦ ਦੀ ਯਾਦ ਆ ਵੀ ਹਾਂ ਜਰਾ ਐ ਜੇ ਸੀ ਹੁਣ ਇਹਦੀ ਉਦਾਹਰਣ ਇੱਕ ਆਪਾਂ ਹੋਰ ਲੈ ਲੈਨੇ ਆ ਆਪਾਂ ਕਈ ਵਾਰੀ ਕਿਸੇ ਨੂੰ ਕਿਸੇ ਤੀਜੇ ਬੰਦੇ ਬਾਰੇ ਦੱਸ ਰਹੇ ਹੁੰਨੇ ਆ ਵੀ ਯਾਰ ਉਹ ਤਾਂ ਬੰਦਾ ਉਹ ਯਾਰ ਬੰਦਾ ਹੁਣ ਮੈਂ ਕੀ ਕਹਾਂ ਯਾਰ ਉਹ ਹੁਣ ਮੇਰੇ ਦਿਮਾਗ 'ਚ ਨਹੀਂ ਗੱਲ ਆ ਰਹੀ ਹਾਂ ਉਹ ਬੰਦਾ ਚਾਪਲੂਸ ਹੈ ਕਈ ਵਾਰੀ ਤੁਸੀਂ ਐ ਜੇ ਕਰਨੀ ਜਾਂਦੇ ਹੁੰਦੇ ਕਈ ਵਾਰੀ ਤੁਹਾਡੇ ਦਿਮਾਗ 'ਚ ਸ਼ਬਦ ਨਹੀਂ ਆ ਰਿਹਾ ਹੁੰਦਾ ਹੁਣ ਦੇਖੋ ਚਾਹੇ ਆਪਣੀ ਮਾਂ ਬੋਲੀ ਪੰਜਾਬੀ ਹੈ ਆਪਣਾ ਦਿਮਾਗ ਸੋਚਦਾ ਵੀ ਪੰਜਾਬੀ ਚ ਪਰ ਫੇਰ ਵੀ ਆਪਾਂ ਪੰਜਾਬੀ ਬੋਲਣ ਲੱਗੇ اٹਕ ਗਏ ਵੀ ਯਾਰ ਉਹ ਬੰਦਾ ਤਾਂ ਬਾळा ਬਾळा ਯਾਰ ਹਾਂ ਉਹ ਬੰਦਾ ਚਾਪਲੂਸ ਹੈ ਕਿਉਂਕਿ ਆਪਾਂ ਚਾਪਲੂਸ ਸ਼ਬਦ ਪਹਿਲਾਂ ਨਹੀਂ ਵਰਤਿਆ ਇਹ ਤੇ ਆਪਾਂ ਰੈਗੂਲਰ ਪ੍ਰੈਕਟਿਸ ਨਹੀਂ ਕਰਦੇ ਇਹ ਆਪਣੀ ਜ਼ੁਬਾਨ ਤੇ ਨਹੀਂ ਚੜਿਆ ਇਹਦੀ ਪ੍ਰੋਸੈਸਿੰਗ ਚੰਗੀ ਤਰ੍ਹਾਂ ਨਹੀਂ ਹੋਈ ਇਸ ਕਰਕੇ ਇਹ ਆਪਾਂ ਬੋਲਣ ਲੱਗੇ اٹਕ ਗਏ ਹੁਣ ਜੇ ਇੱਥੇ ਆਪਾਂ ਕਹਿ ਦਈਏ ਵੀ ਇਸ ਤਾਂ ਸੋਚਦੇ ਹੀ ਪੰਜਾਬੀ ਚ ਫੇਰ ਵੀ ਪੰਜਾਬੀ ਬੋਲਣ ਲੱਗੇ ਵੀ ਕਿਵੇਂ اٹਕ ਗਏ ਆਪਾਂ ਤਾ ਹੈ ਇਸ ਗੱਲ ਦਾ ਬੜਾ ਵਧੀਆ ਉੱਤਰ ਹੈ ਕਿ ਕਈ ਵਾਰੀ ਆਪਾਂ ਕਹਨੇ ਆ ਵੀ ਅਸੀਂ ਅੰਗਰੇਜ਼ੀ ਚ ਨਹੀਂ ਸੋਚਦੇ ਤਾਂ ਕਰਕੇ ਅਸੀਂ ਅੰਗਰੇਜ਼ੀ ਬੋਲਣ ਵੇਲੇ ਅੜਕ ਜਾਂਦੇ ਆ ਠੀਕ ਹੈ ਜੀ ਅਜਿਹਾ ਕੁਝ ਨਹੀਂ ਹੁੰਦਾ ਅੰਗਰੇਜ਼ੀ ਚ ਸੋਚਣ ਦੀ ਕੋਈ ਲੋੜ ਨਹੀਂ ਬਸ ਗੱਲ ਹੁੰਦੀ ਹੈ ਮੇਨ ਆਪਦੀ ਜ਼ੁਬਾਨ ਤੇ ਚੜਾਉਣ ਦੀ ਅੰਗਰੇਜ਼ੀ ਨੂੰ ਆਪਣੀ ਜ਼ੁਬਾਨ ਦੇ ਚੜਾ ਲਓ ਫਿਰ ਤੁਸੀਂ ਅੰਗਰੇਜ਼ੀ ਬੋਲਣ ਵਿੱਚ ਵੀ ਕਦੇ ਨਹੀਂ ਅੜਕੋਗੇ ਹੁਣ ਤੁਸੀਂ ਇੱਕ ਐਕਸਪੈਰੀਮੈਂਟ ਕਰਕੇ ਦੇਖ ਲਓ ਆਪਦੇ ਦੀ ਤੁਸੀਂ ਕੀ ਕਰੋ ਅੱਜ ਤੋਂ ਯੈਸ ਨੋ ਹੀ ਕਹਿਣਾ ਸ਼ੁਰੂ ਕਰ ਦੋ ਵਾੜੀ ਅੰਗਰੇਜ਼ੀ ਨਾ ਬੋਲੋ ਜਿੱਥੇ ਤੁਸੀਂ ਹਾਂ ਕਹਿਣਾ ਤੁਸੀਂ ਕਹਦੋ ਯੈਸ ਜਿੱਥੇ ਤੁਸੀਂ ਨਾ ਕਹਿਣਾ ਕਹਦੋ ਨੋ ਹੁਣ ਜਦੋਂ ਤੁਸੀਂ ਇਹਨੂੰ ਰੈਗੂਲਰ ਬੋਲਦੇ ਰਹੋਗੇ ਤੁਹਾਡੀ ਜ਼ੁਬਾਨ ਤੇ ਚੜ ਜਾਊਗਾ ਇੱਕ ਨਾ ਇੱਕ ਦਿਨ ਅਜਿਹਾ ਆਊਗਾ ਵੀ ਜਦੋਂ ਤੁਸੀਂ ਹਾਂ ਕਹਿਣੀ ਹੋਊਗੀ ਤੁਹਾਡੇ ਦਿਮਾਗ ਚੋਂ ਆਟੋਮੈਟਿਕਲੀ ਆਪੇ ਯੈਸ ਨਿਕਲੂਗਾ ਤੇ ਤੁਸੀਂ ਇਹ ਸੋਚਦੇ ਰਹੋਗੇ ਵੀ ਯਾਰ ਯੈਸ ਨਿਕਲ ਗਿਆ ਕਿਉਂਕਿ ਉਹ ਤੁਹਾਡੀ ਜ਼ੁਬਾਨ ਤੇ ਚੜ ਗਿਆ ਇਸੇ ਤਰ੍ਹਾਂ ਨਾਲ ਹੀ ਅੰਗਰੇਜ਼ੀ ਜਦੋਂ ਤੁਸੀਂ ਬੋਲੋਗੇ ਲਗਾਤਾਰ ਉਹਦੀ ਪ੍ਰੈਕਟਿਸ ਕਰੋਗੇ ਉਹ ਤੁਹਾਡੀ ਜ਼ੁਬਾਨ ਤੇ ਚੜ ਜੂਗੀ ਫਿਰ ਤੁਹਾਨੂੰ ਪਤਾ ਵੀ ਨਹੀਂ ਲੱਗਣਾ ਤੁਹਾਡੀ ਪ੍ਰੋਸੈਸਿੰਗ ਦਿਮਾਗ ਚ ਆਟੋਮੈਟਿਕਲੀ ਹੋਇਆ ਕਰਨੀ ਆ ਤੇ ਤੁਸੀਂ ਅੰਗਰੇਜ਼ੀ ਬੋਲਦੇ ਰਹੋਗੇ ਠੀਕ ਹੈ ਜੀ ਪਹਿਲਾ ਤਾਂ ਇਹ ਬਹਿਮ ਹੁਣ ਨਿਕਲ ਗਿਆ ਵੀ ਅੰਗਰੇਜ਼ੀ ਚ ਸੋਚਣ ਦੀ ਕੋਈ ਲੋੜ ਨਹੀਂ ਅੱਗੇ ਆ ਗਿਆ ਆ ਵੀ ਅਸੀਂ ਜਦੋਂ ਅੰਗਰੇਜ਼ੀ ਬੋਲਣਾ ਤਾਂ ਅੰਗਰੇਜ਼ੀ ਅਸੀਂ ਬੋਲਣਾ ਸਿੱਖਣਾ ਕਿਵੇਂ ਆ ਇਹਦੀ ਪ੍ਰੈਕਟਿਸ ਕਿਵੇਂ ਕਰਨੀ ਆ ਅੱਗੇ ਆਪਾਂ ਵਧਣਾ ਕਿਵੇਂ ਆ ਇਹਦਾ ਵੀ ਸਾਨੂੰ ਇੱਕ ਰਾਹ ਜਾਂ ਬਣਾ ਕੇ ਦਿਓ ਇਹਦਾ ਵੀ ਆਪਾਂ ਇੱਕ ਬੜਾ ਵਧੀਆ ਰਾਹ ਬਣਾ ਲੈਨੇ ਆ ਤੁਸੀਂ ਸਟੈਪ ਵਾਈਜ਼ ਸਟੈਪ ਸੁਣਦੇ ਰਹਿਣਾ ਅਖੀਰ ਤੱਕ ਵੀਡੀਓ ਦੇਖੋ ਹਰ ਸਟੈਪ ਨੂੰ ਚੰਗੀ ਤਰ੍ਹਾਂ ਸਮਝਣਾ ਤੇ ਉਹਤੇ ਪ੍ਰੈਕਟਿਸ ਜ਼ਰੂਰ ਕਰਨੀ ਆ ਬਾਅਦ ਚ ਫਿਰ ਉਸ ਤੋਂ ਬਾਅਦ ਦੱਸਿਓ ਵੀ ਤੁਹਾਨੂੰ ਕਿਹੋ ਜਿਹਾ ਨਤੀਜਾ ਮਿਲਿਆ ਤੁਸੀਂ ਸ਼ੁਰੂ ਕੀ ਕਰਨਾ ਕਲੋਜ਼ ਤੋਂ ਜਦੋਂ ਤੁਸੀਂ ਅੰਗਰੇਜ਼ੀ ਬੋਲਣੀ ਆ ਪਹਿਲਾਂ ਪਹਿਲਾਂ ਕਲੋਜ਼ ਬੋਲਣੇ ਸ਼ੁਰੂ ਕਰੋ ਇਹ ਕੀ ਹੁੰਦੇ ਨੇ ਇੱਕ ਛੋਟਾ ਜਿਹਾ ਵਾਕ ਹੁੰਦਾ ਜਿਦੇ ਚ ਸਾਡੇ ਕੋਲ ਇੱਕ ਸਬਜੈਕਟ ਹੁੰਦਾ ਤੇ ਉਹਦੇ ਨਾਲ ਲੱਗਿਆ ਹੁੰਦਾ ਇੱਕ ਵਰਬ ਠੀਕ ਹੈ ਜੀ ਇੱਕ ਕਿਰਿਆ ਜਿਵੇਂ ਆਪਾਂ ਲਿਖਦੀ ਆਈ ਪਲੇ ਹੁਣ ਤੁਸੀਂ ਇਹ ਜਿਹੇ ਵਾਕ ਦਾ ਪਤਾ ਹੀ ਨਹੀਂ ਕਿੰਨੇ ਕੁ ਬਣਾ ਸਕਦੇ ਹੋ ਇਹਦੇ ਨਾਲ ਨਾਲ ਤਾਂ ਤੁਸੀਂ ਨਵੇਂ-ਨਵੇਂ ਵਰਬਸ ਸਿੱਖੋਗੇ ਕਿਰਿਆ ਨਵੀਆਂ-ਨਵੀਆਂ ਸਿੱਖੋਗੇ ਉਹ ਤੁਸੀਂ ਸਬਜੈਕਟ ਦੇ ਨਾਲ ਲਾ ਲੈਣੀ ਆ ਕੋਈ ਵੀ ਸਬਜੈਕਟ ਲੈ ਲਓ ਉਹਦੇ ਨਾਲ ਵਰਬ ਲਾਉਣਾ ਤੁਸੀਂ ਫਿਰ ਉਸ ਤੋਂ ਬਾਅਦ ਉਹ ਵਾਕ ਬਣਾ ਕੇ ਉਹਤੇ ਬੋਲੋ ਆਈ ਪਲੇ ਆਈ ਡਾਂਸ ਆਈ ਸਿੰਗ ਇਹ ਤੁਸੀਂ ਬਤ ਬਤ ਬੋਲੋ ਪਹਿਲਾਂ ਤੁਸੀਂ ਕਲੌਜ਼ ਬੋਲਣ ਦੀ ਪ੍ਰੈਕਟਿਸ ਸ਼ੁਰੂ ਕਰਨੀ ਆ ਠੀਕ ਹੈ ਜੀ ਇਸ ਤੋਂ ਬਾਅਦ ਅੱਗੇ ਕੀ ਹੋਊਗਾ ਹੁਣ ਤੁਸੀਂ ਇਹ ਵਾਕ ਨੂੰ ਥੋੜਾ ਜਿਹਾ ਹੋਰ ਵੱਡਾ ਕਰ ਲਓ ਇਹਨੂੰ ਇਹਦਾ ਟੈਂਸ ਚੇਂਜ ਕਰ ਲਓ ਜਿਵੇਂ ਆਈ ਐਮ ਪਲੇਇੰਗ ਠੀਕ ਹੈ ਜੀ ਅਲੱਗ-ਅਲੱਗ ਟੈਂਸਿਸ 'ਚ ਬੋਲੋ ਫਿਰ ਇਹਨੂੰ ਆਪਣੇ ਕੋਲ 12 ਟੈਂਸਿਸ ਨੇ ਉਹ ਸਾਰਿਆਂ 'ਚ ਬਣਾ ਲਓ ਇਹਨੂੰ ਤੇ ਫਿਰ ਬੋਲੋ ਆਈ ਐਮ ਪਲੇਇੰਗ ਹੀ ਇਜ਼ ਪਲੇਇੰਗ ਹੁਣ ਕੀ ਹੋ ਗਿਆ ਵੀ ਤੁਸੀਂ ਇੱਕ ਨਵੀਂ ਚੀਜ਼ ਸਿੱਖ ਗਏ ਬੋਲਣੀ ਤੁਸੀਂ ਇਹ ਵਾਕ ਬੋਲ ਰਹੇ ਹੋ ਐਡਾ ਹੁਣ ਤੁਸੀਂ ਇਹਨੂੰ ਹੋਰ ਵੱਡਾ ਕਰ ਸਕਦੇ ਹੋ ਆਬਜੈਕਟ ਵੀ ਲਾ ਸਕਦੇ ਹੋ ਜਿਵੇਂ ਆਈ ਐਮ ਪਲੇਇੰਗ ਕ੍ਰਿਕਟ ਥੋੜਾ ਜਿਹਾ ਵਾਕ ਹੋਰ ਵੱਡਾ ਹੋ ਗਿਆ ਜਦੋਂ ਤੁਸੀਂ ਇੰਨਾ ਬੋਲਣਾ ਸਿੱਖ ਗਏ ਵਧੀਆ ਇੱਕ ਸੈਂਟੈਂਸ ਬਣ ਗਿਆ ਕੰਪਲੀਟ ਇਹ ਬੋਲਣਾ ਸਿੱਖ ਗਏ ਤੁਸੀਂ ਹੋਰ ਵੱਡਾ ਕਰ ਸਕਦੇ ਹੋ ਆਈ ਏਮ ਪਲੇਇੰਗ ਕ੍ਰਿਕਟ ਵਿਦ ਮਾਈ ਬ੍ਰਦਰ ਜਾਂ ਵਿਦ ਮਾਈ ਫਰੈਂਡ ਕੁਝ ਵੀ ਤੁਸੀਂ ਲਿਖ ਸਕਦੇ ਹੋ ਵਾਕ ਹੋਰ ਵੱਡਾ ਹੋ ਗਿਆ ਤੁਸੀਂ ਕਨਜੰਕਸ਼ਨਸ ਲਾ ਕੇ ਹੋਰ ਦੋ ਵਾਕਾਂ ਨੂੰ ਜੋੜ-ਜੋੜ ਕੇ ਬੋਲ ਸਕਦੇ ਹੋ ਤੁਸੀਂ ਇਹ ਪ੍ਰੈਕਟਿਸ ਸ਼ੁਰੂ ਕਰਨੀ ਆ ਇਹਦੇ ਨਾਲ ਨਾਲ ਤੁਸੀਂ ਕੀ ਕਰਨਾ ਕਿ ਇੰਗਲਿਸ਼ ਸੌਂਗਸ ਤੇ ਨਿਊਜ਼ ਖਬਰਾਂ ਠੀਕ ਹੈ ਜੀ ਇਹ ਵੀ ਥੋੜਾ ਜਿਹਾ ਟਾਈਮ ਸੁਣਦੇ ਰਹੋ 5-7 ਮਿੰਟ ਇਹਦੇ ਨਾਲ ਕੀ ਹੋਊਗਾ ਜਦੋਂ ਤੁਸੀਂ ਇਹ ਸੁਣਨਾ ਤਾਂ ਤੁਸੀਂ ਸਬਟਾਈਟਲਸ ਔਨ ਕਰ ਲੈਣੇ ਆ ਸਬਟਾਈਟਲਸ ਤੁਹਾਨੂੰ ਦੱਸਦਾ YouTube 'ਚ ਇੱਕ ਡਬਲ CC ਲਿਖਿਆ ਹੁੰਦਾ ਉਹਤੇ ਤੁਸੀਂ ਕਲਿੱਕ ਕਰੋਗੇ ਤੇ ਥੱਲੇ ਲਾਈਨ ਜੀ ਬਣ ਜੂ ਤੇ ਉਹ ਵੀਡੀਓ ਦੇ ਸਬਟਾਈਟਲਸ ਆਉਣ ਲੱਗ ਜਾਂਦੇ ਆ ਸਬਟਾਈਟਲਸ ਕੀ ਹੁੰਦੇ ਨੇ ਕਿ ਜੋ ਵੀਡੀਓ ਚੱਲ ਰਹੀ ਆ ਉਹਦੇ ਥੱਲੇ ਲਿਖਿਆ ਵੀ ਆ ਰਿਹਾ ਹੁੰਦਾਗਾ ਹੀ ਇਜ਼ ਜੋ ਉਹ ਬੋਲ ਰਹੇ ਹੁੰਦੇ ਨੇ ਉਹ ਥੱਲੇ ਲਿਖਿਆ ਆਉਂਦਾ ਹੁੰਦਾ ਇਦੇ ਨਾਲ ਕੀ ਹੋਊਗਾ ਕਿ ਤੁਸੀਂ ਥੱਲੋਂ ਲਿਖਿਆ ਵੀ ਪੜੋਗੇ ਤੇ ਉਹਨੂੰ ਉਚਾਰਨ ਬੋਲਣ ਵਾਲਾ ਕਿਵੇਂ ਕਰ ਰਿਹਾ ਉਹ ਸ਼ਬਦਾਂ ਦਾ ਉਹ ਵੀ ਤੁਸੀਂ ਸੁਣੋਗੇ ਕਿਸ ਸ਼ਬਦ ਨੂੰ ਉਹ ਕਿਵੇਂ ਬੋਲ ਰਿਹਾ ਇਹਦੇ ਨਾਲ ਤੁਹਾਨੂੰ ਨਵੀਆਂ ਚੀਜ਼ਾਂ ਸਿੱਖਣ ਨੂੰ ਮਿਲਣਗੀਆਂ ਆਹ ਨਾਲ ਤੁਸੀਂ ਪ੍ਰੈਕਟਿਸ ਤਾਂ ਕਰ ਹੀ ਰਹੇ ਹੋ ਜਦੋਂ ਤੁਸੀਂ ਇਹ ਚੀਜ਼ਾਂ ਪ੍ਰੈਕਟਿਸ ਕਰ ਲੀਆਂ ਉਸ ਤੋਂ ਬਾਅਦ ਤੁਸੀਂ ਆਪਣੀ ਡਾਇਰੀ ਆਪਣੀ ਨੋਟਬੁੱਕ ਜਾਂ ਕੋਈ ਰਫ ਪੇਜ ਚੱਕਣਾ ਤੇ ਉਹਦੇ ਤੇ ਤੁਸੀਂ 5 ਤੋਂ ਲੈ ਕੇ 7 ਪ੍ਰਸ਼ਨ ਲਿਖ ਲਓ ਠੀਕ ਹੈ ਜੀ ਕੋਈ ਵੀ ਲਿਖ ਲਓ ਜਿਸ ਚੀਜ਼ ਲਈ ਤੁਸੀਂ ਇੰਗਲਿਸ਼ ਸਿੱਖ ਰਹੇ ਹੋ ਜਾਂ ਇੰਟਰਵਿਊ ਲਈ ਸਿੱਖ ਰਹੇ ਹੋ ਵਾਇਲਸ ਲਈ ਸਿੱਖ ਰਹੇ ਹੋ ਉਹਦੇ ਰਿਲੇਟਡ ਜੋ ਪੰਜ ਪ੍ਰਸ਼ਨ ਤੁਹਾਨੂੰ ਪੁੱਛੇ ਜਾਣਗੇ ਉਹ ਲਿਖ ਲਓ ਜੇ ਤੁਹਾਡਾ ਅਜੇ ਹਾ ਕੋਈ ਮਕਸਦ ਨਹੀਂ ਹੈ ਤਾਂ ਵੈਸੇ ਕੋਈ ਵੀ ਪੰਜ ਪ੍ਰਸ਼ਨ ਲਿਖ ਲਓ ਇੰਟਰੋਡਕਸ਼ਨ ਹੋ ਗਈ ਜਿਵੇਂ ਤੁਸੀਂ ਕਹਿ ਲਓ ਆਪਣੀ ਇੰਟਰੋਡਕਸ਼ਨ ਹੁਣ ਇਹ ਪੰਜ ਪ੍ਰਸ਼ਨ ਇੰਟਰੋਡਕਸ਼ਨ ਹੋ ਗਈ ਜਾਂ ਤੁਸੀਂ ਆਪਦੇ ਪਿੰਡ ਦੇ ਬਾਰੇ ਲਿਖ ਦੋ ਆਪਦੇ ਸ਼ਹਿਰ ਦੇ ਬਾਰੇ ਲਿਖ ਦੋ ਜਾਂ ਤੁਸੀਂ ਆਪਦੇ ਏਮ ਦੇ ਬਾਰੇ ਲਿਖ ਦੋ ਜਾਂ ਤੁਸੀਂ ਲਿਖ ਦੋ ਕੁਦਰਤ ਤੇ ਕੁਝ ਵੀ ਲਿਖ ਦੋ ਤੁਸੀਂ 5 ਤੋਂ 7 ਪ੍ਰਸ਼ਨਾਂ ਦੇ ਉੱਤਰ ਦੇ ਦੇਣੇ ਆ ਪ੍ਰਸ਼ਨ ਵੀ ਆਪ ਹੀ ਬਣਾ ਲੈਣਾ ਉਹਦਾ ਉੱਤਰ ਵੀ ਥੱਲੇ ਆਪ ਹੀ ਲਿਖਣਾ ਉਸ ਤੋਂ ਬਾਅਦ ਲਿਖਣ ਤੋਂ ਬਾਅਦ ਤੁਸੀਂ ਉਹਨਾਂ ਨੂੰ ਬੋਲ ਕੇ ਦੇਖਣਾ ਉਹਨਾਂ ਦੀ ਪ੍ਰੈਕਟਿਸ ਕਰਨੀ ਆ ਚਾਹੇ ਸ਼ੀਸ਼ੇ ਦੇ ਅੱਗੇ ਖੜਕੇ ਬੋਲ ਲੋ ਚਾਹੇ ਤੁਸੀਂ ਆਪਣਾ ਰਿਕਾਰਡਰ ਲਾ ਕੇ ਬੋਲ ਲੋ ਜਦੋਂ ਤੁਸੀਂ ਉਹ ਬੋਲ ਹਟੇ ਤਾਂ ਤੁਸੀਂ ਉਹਨਾਂ ਨੂੰ ਦੁਬਾਰਾ ਸੁਣੋ ਵੀ ਤੁਸੀਂ ਕਿਸ ਤਰੀਕੇ ਨਾਲ ਬੋਲਿਆ ਸ਼ੀਸ਼ੇ ਦੇ ਅੱਗੇ ਖੜਕੇ ਬੋਲੋਗੇ ਤੁਹਾਨੂੰ ਦਿਖੂਗਾ ਵੀ ਤੁਸੀਂ ਕਿਵੇਂ ਬੋਲ ਰਹੇ ਹੋ ਸਾਹਮਣੇੋਂ ਜਦੋਂ ਰਿਕਾਰਡਿੰਗ ਕਰੋਗੇ ਨਾਲ ਤੁਸੀਂ ਉਸ ਤੋਂ ਬਾਅਦ ਤੁਸੀਂ ਸੁਣੋਗੇ ਤੁਹਾਨੂੰ ਪਤਾ ਲੱਗੂਗਾ ਵੀ ਤੁਸੀਂ ਕਿਵੇਂ ਬੋਲਿਆ ਇੱਕ ਤੁਹਾਨੂੰ ਹੋਰ ਬੜੀ ਵਧੀਆ ਗੱਲ ਦੱਸ ਦਿੰਨੇ ਆ ਕਿ ਪੰਗਾ ਆਪਾਂ ਨੂੰ ਹੋਰ ਕਿਤੇ ਨਹੀਂ ਪੈਂਦਾ ਆਪਾਂ ਸਾਰਾ ਬੋਲ ਲੈਣੇ ਆ ਕਈ ਵਾਰੀ ਆਪਾਂ ਨੂੰ ਕੀ ਹੁੰਦਾ ਕੋਈ ਅਜੀਹਾ ਨਵਾਂ ਸ਼ਬਦ ਆ ਜਾਂਦਾ ਜਿਹਦੀ ਸਾਨੂੰ ਪ੍ਰੋਨਨਸੀਏਸ਼ਨ ਨਹੀਂ ਆਉਂਦੀ ਹੁੰਦੀ ਜਾਂ ਜਿਹਦਾ ਸਾਨੂੰ ਉਚਾਰਨ ਨਹੀਂ ਪਤਾ ਹੁੰਦਾ ਵੀ ਇਹਨੂੰ ਬੋਲਣਾ ਕਿਵੇਂ ਆ ਉਹ ਤੁਸੀਂ ਕੁਝ ਨਹੀਂ ਕਰਨਾ ਅੱਜ ਕੱਲ ਟੈਕਨੋਲੋਜੀ ਇੰਨੀ ਐਡਵਾਂਸਡ ਹੋ ਚੁੱਕੀ ਆ ਤੁਸੀਂ ਉਹ ਸ਼ਬਦ ਨੂੰ ਗੂਗਲ ਤੇ ਸਰਚ ਕਰੋ ਜਿਵੇਂ ਕੁਝ ਜਿਵੇਂ ਆਪਾਂ ਕਲੋਜ਼ ਕਲੋਜ਼ ਹੀ ਸਰਚ ਕਰ ਲਿਆ ਠੀਕ ਹੈ ਜੀ ਆਪਾਂ ਹੋਰ ਕੁਝ ਵੀ ਜੋ ਤੁਹਾਨੂੰ ਲੱਗਦਾ ਬੈਟ ਤੁਸੀਂ ਬੈਟ ਗੂਗਲ ਤੇ ਸਰਚ ਕਰ ਲਿਆ ਜਦੋਂ ਤੁਸੀਂ Google ਤੇ ਸਰਚ ਕਰੋਗੇ ਤਾਂ ਤੁਸੀਂ ਥੱਲੇ ਦੇਖੋਗੇ ਇੱਕ Google ਦੇ ਜਿੱਥੇ ਉਹਦਾ ਅਰਥ ਲਿਖਿਆ ਹੋਊ ਇੱਕ ਸਪੀਕਰ ਜਾਂ ਬਣਿਆ ਹੁੰਦਾ ਉਹ ਸਪੀਕਰ ਤੇ ਤੁਸੀਂ ਕਲਿੱਕ ਕਰਨਾ ਤੇ ਉਹ Google ਆਪਣੇ ਆਪ ਤੁਹਾਨੂੰ ਬੋਲ ਕੇ ਦੱਸੂਗਾ ਵੀ ਇਹ ਸ਼ਬਦ ਦਾ ਉਚਾਰਨ ਕੀ ਆ ਬੈਟ ਦੇ ਥੱਲੇ ਸਪੀਕਰ ਬਣਿਆ ਤੁਸੀਂ ਸਪੀਕਰ ਤੇ ਕਲਿੱਕ ਕਰੋਗੇ ਤਾਂ ਉਹ ਕਰੂਗਾ ਬੈਟ ਬੋਲੂਗਾ ਉਹ ਤੁਹਾਨੂੰ ਦੱਸੂਗਾ ਵੀ ਇਹ ਸ਼ਬਦ ਦਾ ਉਚਾਰਨ ਕੀ ਆ ਦੇਖੋ ਇੰਨੀ ਵਧੀਆ ਸਹੂਲਤ ਸਾਡੇ ਕੋਲੇ ਆ ਹੁਣ ਪਿੱਛੇ ਤਾਂ ਕੁਝ ਬਚਿਆ ਹੀ ਨਹੀਂ ਸ਼ਬਦਾਂ ਦਾ ਸਾਨੂੰ ਉਚਾਰਨ ਵੀ ਆ ਗਿਆ ਨਿੱਕੇ ਨਿੱਕੇ ਵਾਕ ਲੈ ਕੇ ਆਪਾਂ ਸ਼ੁਰੂ ਕਰ ਦੇਣਾ ਜਿੱਥੇ ਸਾਨੂੰ ਸ਼ਬਦ ਮੁਸ਼ਕਿਲ ਲੱਗਿਆ ਉੱਥੇ ਆਪਾਂ ਉਹਦਾ ਉਚਾਰਨ ਕਰਨਾ ਨਿਊਜ਼ਪੇਪਰ ਆਪਾਂ ਪੜ੍ਹ ਕੇ ਦੇਖਣਾਗਾ ਤੇ ਵੱਧ ਤੋਂ ਵੱਧ ਨਵੇਂ ਸ਼ਬਦ ਆਪਾਂ ਸਿੱਖਣੇ ਆ ਆਪਣੇ ਆਪ ਤੁਸੀਂ ਕੋਈ ਵੀ ਪੈਰਾ ਲਿਖੋ ਤੇ ਉਹਨੂੰ ਬੋਲੋ ਜਦੋਂ ਤੁਸੀਂ ਉਹਨੂੰ ਪਹਿਲੀ ਵਾਰ ਬੋਲੋਗੇ ਤੁਹਾਨੂੰ ਦਿੱਕਤ ਆ ਸਕਦੀ ਆ ਦੂਜੀ ਵਾਰ ਤੀਜੀ ਵਾਰ ਜਾਂ 5-7 ਦਿਨ ਜਦੋਂ ਤੁਹਾਨੂੰ ਹੋ ਜਾਣਗੇ ਉਸ ਤੋਂ ਬਾਅਦ ਬੋਲੋਗੇ ਤੁਹਾਨੂੰ ਉਹ ਉਹ ਤੁਹਾਡੀ ਜ਼ੁਬਾਨ ਤੇ ਚੜ ਜਾਣਗੇ ਜਿਵੇਂ ਤੁਹਾਨੂੰ ਆਪਾਂ ਦੱਸਿਆ ਜਦੋਂ ਤੁਹਾਡੀ ਜ਼ੁਬਾਨ ਤੇ ਚੜ ਕੇ ਤਾਂ ਤੁਸੀਂ ਆਟੋਮੈਟਿਕਲੀ ਬੋਲਣਾ ਸਾਹਮਣੇ ਵਾਲੇ ਨੇ ਤੁਹਾਨੂੰ ਕਿਹਾ ਵੀ ਇੰਟਰੋਡਕਸ਼ਨ ਦਿਓ ਅੰਗਰੇਜ਼ੀ ਚ ਉਹ ਤੁਹਾਡੀ ਜ਼ੁਬਾਨ ਤੇ ਚੜੀ ਹੋਈ ਹੈ ਤੁਸੀਂ ਬੋਲ ਦੋਗੇ ਹਰ ਸ਼ਬਦ ਤੁਹਾਡੀ ਜ਼ੁਬਾਨ ਤੇ ਚੜਿਆ ਹੋਊਗਾ ਉਹ ਤੁਸੀਂ ਬੋਲਦੇ ਜਾਓਗੇ ਇਸ ਕਰਕੇ ਤੁਸੀਂ ਬਿਲਕੁਲ ਵੀ ਡਰਨਾ ਨਹੀਂ ਜਿਆਦਾ ਸੋਚਣਾ ਨਹੀਂ ਅੱਜ ਹੀ ਸ਼ੁਰੂ ਕਰ ਦੋ ਸਿੱਖਣੀ ਹੌਲੀ ਹੌਲੀ ਇੱਕ ਦਿਨ ਆਊਗਾ ਵੀ ਤੁਸੀਂ ਬਹੁਤ ਸਿੱਖ ਚੁੱਕੇ ਹੋਵੋਗੇ ਤੇ ਤੁਸੀਂ ਆਪ ਸੋਚੋਗੇ ਵੀ ਇਹ ਤਾਂ ਇੱਕ ਚਮਤਕਾਰ ਵਾਲੀ ਗੱਲ ਹੋਗੀ ਕਈ ਵਾਰੀ ਅਸੀਂ ਬੜਾ ਇਹ ਚੀਜ਼ ਸੋਚਦੇ ਰਹਿੰਦੇ ਆ ਵੀ ਯਾਰ ਅਸੀਂ ਤਾਂ ਅੰਗਰੇਜ਼ੀ ਤੋਂ ਸਾਨੂੰ ਡਰ ਜਾਂ ਲੱਗਦਾ ਕਿਵੇਂ ਜੇ ਸਿੱਖੀਏ ਸਾਨੂੰ ਘਬਰਾਹਟ ਜੀ ਹੁੰਦੀ ਹੈ ਅੰਗਰੇਜ਼ੀ ਨੂੰ ਦੇਖ ਕੇ ਸੋਚ ਕੇ ਸਾਨੂੰ ਡਰ ਲੱਗਦਾ ਵੀ ਸਾਨੂੰ ਨਹੀਂ ਇਹ ਆਉਣੀ ਉਹ ਡਰ ਸਾਨੂੰ ਤਾਂ ਹੀ ਲੱਗਦਾ ਕਿਉਂਕਿ ਹਜੇ ਤੱਕ ਤੁਸੀਂ ਅੰਗਰੇਜ਼ੀ ਨਾਲ ਪੰਗਾ ਲਿਆ ਹੀ ਨਹੀਂ ਮੱਥਾ ਲਾਇਆ ਹੀ ਨਹੀਂ ਜਦੋਂ ਆਪਾਂ ਅੰਗਰੇਜ਼ੀ ਨਾਲ ਮੱਥਾ ਲਾ ਲਿਆ ਸ਼ੁਰੂ ਕਰ ਲਈ ਤਾਂ ਤੁਹਾਨੂੰ ਆ ਵੀ ਜਾਣੀ ਆ ਰਾਹ ਆਪਣੇ ਆਪ ਬਣਨਗੇ ਫਿਕਰ ਕਰਨ ਦੀ ਕੋਈ ਲੋੜ ਨਹੀਂ ਹੁਣ ਨਿੱਕੇ ਹੁੰਦੇ ਆਪਾਂ ਜਦੋਂ ਸਾਈਕਲ ਸਿੱਖਿਆ ਮੋਟਰਸਾਈਕਲ ਸਿੱਖਿਆ ਉਹ ਤੋਂ ਤਾਂ ਡਰਿਆ ਨਹੀਂ ਨਾਲੇ ਉਹ ਤੋਂ ਤਾਂ ਜੇ ਆਪਾਂ ਡਿੱਗ ਜਾਂਦੇ ਆਪਣੇ ਸੱਟ ਵੱਜ ਸਕਦੀ ਸੀ ਲੱਤ ਟੁੱਟ ਸਕਦੀ ਸੀ ਬਾਹਾਂ ਟੁੱਟ ਸਕਦੀ ਸੀ ਕੁਝ ਵੀ ਹੋ ਸਕਦਾ ਸੀ ਜੇ ਆਪਾਂ ਉਸ ਤੋਂ ਬਾਅਦ ਜਦੋਂ ਵੱਡੇ ਹੋ ਕੇ ਗੱਡੀ ਸਿੱਖਦੇ ਆ ਤਾਂ ਵੀ ਡਰਦੇ ਆਪਾਂ ਜੇ ਆਪਾਂ ਡਰਾਂਗੇ ਤਾਂ ਆਪਾਂ ਸਿੱਖਾਂਗੇ ਕਦੇ ਨਹੀਂ ਹੁਣ ਅੰਗਰੇਜ਼ੀ ਚ ਦਾ ਇਹ ਜੀ ਡਰਨ ਵਾਲੀ ਗੱਲ ਵੀ ਕੋਈ ਨਹੀਂ ਨਾ ਸਾਡੀ ਲੱਤ ਟੁੱਟਣੀ ਐ ਨਾ ਬਾਹਾਂ ਟੁੱਟਣੀਆਂ ਨਾ ਸਾਡੇ 60 ਵੱਜਣੀਆਂ ਫੇਰ ਆਪਾਂ ਇਹਦੇ ਤੋਂ ਡਰਨਾ ਕਿਉਂ ਆ ਸ਼ੁਰੂ ਕਰੀਏ ਰਾਹ ਵੀ ਬਣਨਗੇ ਤੇ ਆਪਾਂ ਸਿੱਖਾਂਗੇ ਵੀ ਅੱਗੇ ਵਧਦੇ ਚੱਲੋ ਰੈਗੂਲਰਟੀ ਬਣਾ ਕੇ ਰੱਖਿਓ ਤੇ ਇੱਕ ਦਿਨ ਆਪਣੇ ਆਪ ਤੁਹਾਨੂੰ ਲੱਗਣਾ ਵੀ ਸੱਚਮੁੱਚ ਤੁਹਾਡੇ ਚ ਬਹੁਤ ਜ਼ਿਆਦਾ ਨਿਖਾਰ ਆਇਆ ਤੁਹਾਨੂੰ ਅੰਗਰੇਜ਼ੀ ਆ ਗਈ ਹੈ ਠੀਕ ਹੈ ਜੀ ਉਮੀਦ ਕਰਦੇ ਆ ਕਿ ਅੱਜ ਵਾਲੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ ਜੇਕਰ ਤੁਹਾਡਾ ਅਜਿਹਾ ਹੋਰ ਕੋਈ ਵੀ ਸਵਾਲ ਹੈ ਉਹ ਵੀ ਤੁਸੀਂ ਕਮੈਂਟ ਕਰ ਸਕਦੇ ਹੋ ਆਪਾਂ ਜਰੂਰ ਤੁਹਾਡਾ ਉੱਤਰ ਦੇਵਾਂਗੇ ਜਾਂ ਉਹਦੇ ਤੇ ਕੋਈ ਵੀਡੀਓ ਬਣਾਵਾਂਗੇ ਇੱਕ ਆਪਣਾ ਚੈਨਲ ਜਰੂਰ ਸਬਸਕ੍ਰਾਈਬ ਕਰ ਲਓ ਤਾਂ ਕਿ ਜਦੋਂ ਵੀ ਨਵੀਂ ਵੀਡੀਓ ਆਵੇ ਸੋਨੂੰ ਪਤਾ ਲੱਗ ਜੇ ਸੋਨੂੰ ਨੋਟੀਫਿਕੇਸ਼ਨ ਆ ਜੀ ਅਗਲੀ ਵੀਡੀਓ ਲੈ ਕੇ ਜਲਦੀ ਫੇਰ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ